ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਸਾਰਿਆਂ ਨੂੰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਰਫਿਊ ਨੂੰ 2 ਹਫ਼ਤੇ ਹੋ ਗਏ ਨੇ, ਅਤੇ ਹਜੇ ਤੱਕ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਜਿਹੜੇ ਸਾਡੇ ਵਾਰਡਾਂ ਦੇ ਵਿੱਚ ਮਤਲਬ ਕੋਈ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਸਹੂਲਤਾਂ ਨੇ ਹਜੇ ਤੱਕ ਪਹੁੰਚੀਆਂ ਨੇ। ਅਤੇ ਕਿਉਂਕਿ ਇਹ ਜਿਹੜਾ ਕਰਫਿਊ ਦਾ ਅਸਰ ਹੈ, ਲੋਕਡਾਊਨ ਦਾ ਅਸਰ ਹੈ, ਇਹ ਸਭ ਤੋਂ ਜ਼ਿਆਦਾ ਜਿਹੜਾ ਪੈ ਰਿਹਾ ਇਹ ਆਪਣਾ ਜਿਹੜੇ ਮੱਧ ਵਰਗ ਦੇ ਨੇ ਜਾਂ ਮਤਲਬ ਗਰੀਬੀ ਰੇਖਾ ਤੋਂ ਮਤਲਬ ਗਰੀਬ ਨੇ ਉਹਦੇ ਨੀਚੇ ਨੇ, ਅਤੇ ਉਹਨਾਂ 'ਤੇ ਪੈ ਰਿਹਾ ਹੈ ਸਭ ਤੋਂ ਜ਼ਿਆਦਾ ਅਸਰ, ਉਹਨਾਂ 'ਤੇ ਹੀ ਪੈ ਰਿਹਾ ਹੈ। ਦੂਜੀ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਰਾਤ ਤੁਸੀਂ ਦੇਖਿਆ ਸੀ ਕਿ ਪਤਾ ਨਹੀਂ, ਮੈਨੂੰ ਨਹੀਂ ਪਤਾ ਕਿ ਮੋਦੀ ਜੀ ਦੇ ਦਿਲ ਦੇ ਵਿੱਚ ਕੀ ਆਇਆ, ਅਤੇ ਉਹਨਾਂ ਨੇ ਕੀ ਸੋਚ ਕੇ ਇਹ ਆਪਣਾ ਜਿਹੜੇ ਕੈਂਡਲਸ ਜਾਂ ਦੀਵੇ ਜਲਾਉਣ ਨੂੰ ਕਿਹਾ ਆ। ਅਤੇ ਪਰ ਚਲੋ ਜਿਹੜੀ ਕੈਂਡਲ ਅਤੇ ਦੀਵੇ ਤੱਕ ਗੱਲ ਸੀ ਉਹ ਠੀਕ ਸੀ, ਪਰ ਉਸ ਤੋਂ ਬਾਅਦ ਜਿਹੜਾ ਲੋਕਾਂ ਨੇ ਆਪਣਾ ਜਿਹੜੇ ਅਸਤਵਾਜੀਆਂ ਜਾਂ ਪਟਾਕੇ ਚਲਾਏ ਨੇ, ਇਹ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਉਹਨਾਂ ਨੇ ਕਿਸ ਦੀ ਖੁਸ਼ੀ ਵਿੱਚ ਅਤੇ ਕਿਸ ਗੱਲ ਕਰਕੇ ਕਿਹੜੀ ਖੁਸ਼ੀ ਉਹਨਾਂ ਨੂੰ ਹੋਈ ਸੀ ਜਿਹੜਾ ਉਹਨਾਂ ਨੇ ਅਸਤਵਾਜੀ ਦੇ ਪਟਾਕੇ ਚਲਾਏ ਨੇ ਅਤੇ ਇੰਨਾ ਜ਼ਿਆਦਾ ਸ਼ੋਰ ਸ਼ਰਾਬਾ ਕੀਤਾ ਹੈ, ਡੀਜੇ ਲਗਾਏ ਨੇ ਜਾਂ ਸੜਕਾਂ 'ਤੇ ਹੁੱਲੜਬਾਜੀ ਕੀਤੀ ਹੈ ਤਾਂ ਢੋਲ ਢਮੱਕੇ 'ਚ ਢਮੱਕਿਆਂ ਨਾਲ, ਅਤੇ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ। ਅਤੇ ਜਿਵੇਂ ਕਿ ਹੁਣ ਜਿਵੇਂ ਰਾਤ ਅਸਤਵਾਦੀਆਂ ਕਰਕੇ ਆਪਣੇ ਦੇਖੇ ਚੈਨਲਾਂ 'ਚ ਵੀ ਲੱਗੀਆਂ ਹੋਈਆਂ ਨੇ, ਅਤੇ ਇਹ ਹੋਇਆ ਵੀ ਆ ਕਿ ਫੈਕਟਰੀਆਂ ਨੂੰ ਅੱਗ ਲੱਗ ਗਈ ਹੈ ਅਤੇ ਕਲੋਨੀਆਂ ਨੂੰ ਮਤਲਬ ਇੱਕ ਦੋ ਕਲੋਨੀ ਨੂੰ ਵੀ ਅੱਗ ਲੱਗੀ ਹੈ, ਇਹਦਾ ਬਹੁਤ ਜ਼ਿਆਦਾ ਅਸਰ ਜਿਹੜਾ ਪਿਆ ਆ ਇਹ ਜਿਵੇਂ ਹੁਣ ਜਿਵੇਂ ਅਸਤਵਾਜੀ ਵਗੈਰਾ ਚਲਾਈ ਨੇ, ਜਿਵੇਂ ਪੋਲਿਊਸ਼ਨ ਆਪਣਾ ਕੰਟਰੋਲ ਹੋ ਰਿਹਾ ਸੀ, ਵਾਤਾਵਰਨ ਸਾਫ਼ ਹੋ ਰਿਹਾ ਸੀ, ਅਤੇ ਇਹ ਚਲਾ ਕੇ ਇਹਨਾਂ ਨੇ ਹੋਰ ਜ਼ਿਆਦਾ ਇਹ ਜਿਹੜੇ ਵਾਤਾਵਰਨ ਹੈ ਇਸ ਨੂੰ ਖਰਾਬ ਕੀਤਾ ਅਤੇ ਨੁਕਸਾਨ ਹੋਇਆ ਆ, ਅਤੇ 20-25 ਜਣੇ ਜਿਹੜੇ ਉਹ ਵੀ ਇਸ ਦੇ ਸ਼ਿਕਾਰ ਹੋਏ ਨੇ। ਅਤੇ ਉਸ ਤੋਂ ਦੂਜੀ ਗੱਲ ਮੈਂ ਇਹ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਤੁਹਾਨੂੰ ਪਤਾ ਹੀ ਕਿ ਹੁਣ ਗਰਮੀ ਦਾ ਮੌਸਮ ਹੈ, ਅਤੇ ਗਰਮੀ ਦੇ ਮੌਸਮ ਕਰਕੇ ਚਲੋ ਆਪਾਂ ਨੂੰ ਜਿਹੜੀਆਂ ਸਹੂਲਤਾਂ ਨਹੀਂ ਮਿਲ ਰਹੀਆਂ, ਜਿਹੜੇ ਲੋਕ ਦੋ ਹਫ਼ਤੇ ਤੋਂ ਉੱਪਰ ਹੋ ਗਏ ਨੇ ਲੋਕਡਾਊਨ ਹੋਏ ਨੂੰ ਘਰ ਬੈਠੇ ਨੇ, ਅਤੇ ਆਪਣੇ ਜਿਹੜੇ ਮੱਧ ਵਰਗ ਦੇ ਨੇ ਉਹ ਪ੍ਰੋਬਲਮ 'ਚ ਆ ਰਹੇ ਨੇ, ਭੁੱਖੇ ਮਰ ਰਹੇ ਨੇ, ਅਤੇ ਦੂਜੀ ਇਹ ਜਿਹੜੇ ਆਪਣੇ ਅਵਾਰਾ ਪਸ਼ੂ ਨੇ ਜਾਂ ਆਪਣੇ ਜਿਹੜੇ ਆਪਣਾ ਗਲੀਆਂ 'ਚ ਕੁੱਤੇ ਵਗੈਰਾ ਘੁੰਮਦੇ ਨੇ, ਅਵਾਰਾ ਕੁੱਤੇ ਨੇ ਜਾਂ ਜੋ ਮਰਜ਼ੀ ਨੇ ਇਹ ਨੇ, ਅਤੇ ਸਰਕਾਰਾਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਕਿੱਥੇ ਤਾਂ ਆਪਾਂ ਮਤਲਬ ਇੰਨਾ ਸੋਚ ਰਹੇ ਹਾਂ ਵੀ ਹਾਂ ਵੀ ਇੱਥੋਂ ਨਾ ਇਹ ਬਿਮਾਰੀ ਲੱਗ ਜੇ, ਇੱਥੋਂ ਨਾ ਇਹ ਬਿਮਾਰੀ ਲੱਗ ਜੇ, ਇੱਦਾਂ ਨਾ ਹੋ ਜਾਵੇ, ਉੱਦਾਂ ਨਾ ਹੋ ਜਾਵੇ। ਸਭ ਤੋਂ ਜ਼ਿਆਦਾ ਬਿਮਾਰੀ ਤਾਂ ਇਹ ਜਿਹੜੇ ਫਾਲਤੂ ਡੰਗਰ ਫਿਰਦੇ ਨੇ ਜਾਂ ਕੁੱਤੇ ਫਿਰਦੇ ਨੇ ਇਹਨਾਂ ਤੋਂ ਲੱਗਦੀ ਨੇ ਸਭ ਤੋਂ ਜ਼ਿਆਦਾ, ਮਤਲਬ ਇਹ ਇਹਨਾਂ ਕਰਕੇ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਸ ਟਾਈਮ ਜਦ ਇਨਸਾਨਾਂ ਨੂੰ ਨਹੀਂ ਕੁਛ ਖਾਣ ਪੀਣ ਨੂੰ ਮਿਲ ਰਿਹਾ ਹੈਗਾ ਤਾਂ ਇਹਨਾਂ ਨੂੰ ਕੀ ਮਿਲੇਗਾ, ਜੇ ਖੁਦਾ ਨਾ ਖਾਸਤਾ ਇਹਨਾਂ ਦੀ ਕਿਤੇ ਨਾ ਕਿਤੇ ਮਤਲਬ ਇਹਨਾਂ ਨੂੰ ਕੋਈ ਬਿਮਾਰੀ ਲੱਗਦੀ ਆ ਜਾਂ ਭੁੱਖ ਦੇ ਕਾਰਨ ਇਹਨਾਂ ਦੀ ਮੌਤ ਬਿਮਾਰੀ ਵਧਣ ਦਾ ਖਤਰਾ ਆ, ਅਤੇ ਇਹਨਾਂ ਬਾਰੇ ਵੀ ਕੁਛ ਸੋਚਣਾ ਚਾਹੀਦਾ ਆ। ਅਤੇ ਇਹਨਾਂ ਦਾ ਇਹਨਾਂ ਲਈ ਜਿਵੇਂ ਪਾਣੀ ਵਗੈਰਾ, ਜਿਵੇਂ ਪਹਿਲਾਂ ਲੋਕ ਆਪਣੇ ਘਰਾਂ ਦੇ ਬਾਹਰ ਪਾਣੀ ਰੱਖਦੇ ਸੀ ਜਾਂ ਡੰਗਰਾਂ ਦਾ ਕਿਤੇ ਨਾ ਕਿਤੇ ਇੰਤਜ਼ਾਮ ਹੁੰਦਾ ਸੀਗਾ, ਅਤੇ ਉਹ ਕਰਨਾ ਚਾਹੀਦਾ ਤਾਂ ਜੋ ਕੋਈ ਬਿਮਾਰੀ ਨਾ ਫੈਲ ਸਕੇ। ਜਿਵੇਂ ਹੁਣ ਆਪਣਾ ਸੁਣਨ 'ਚ ਵੀ ਆਇਆ ਕਿ ਇਹ ਜਿਹੜੀਆਂ ਆਪਣੀਆਂ ਗਊਆਂ ਨੇ ਇਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਹੈਗਾ ਅਤੇ ਇਹ ਭੁੱਖੀਆਂ ਮਰ ਰਹੀਆਂ ਨੇ, ਅਤੇ ਹਜੇ ਤੱਕ ਕਿਸੇ ਵੀ ਏਰੀਏ ਦੇ ਵਿੱਚ, ਕਿਸੇ ਵੀ ਕਲੋਨੀ ਦੇ ਵਿੱਚ, ਕਿਸੇ ਵੀ ਮੁਹੱਲੇ ਦੇ ਵਿੱਚ, ਪਿੰਡ ਲਾ ਲਓ ਜਾਂ ਸ਼ਹਿਰ ਲਾ ਲਓ, ਜਿਹੜੇ ਉੱਥੇ ਦੇ MC ਨੇ ਜਾਂ ਜਿਹੜੇ ਉੱਥੇ ਦੇ ਪ੍ਰਧਾਨ ਨੇ, ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕਿਤੇ ਧਿਆਨ ਦਿੱਤਾ ਹੋਏਗਾ ਜਾਂ ਕਿਸੇ ਗਲੀ ਮੁਹੱਲੇ ਦੇ ਵਿੱਚ ਸੈਨੀਟਾਈਜ਼ਰ ਕਰਵਾਇਆ ਹੋਣਾ ਜਾਂ ਕੁਛ ਕਰਾਇਆ ਹੋਣਾ ਹੈ। ਅਤੇ ਮੈਂ ਫਿਰ ਵੀ ਇੱਕ ਵਾਰੀ ਫਿਰ ਬੇਨਤੀ ਕਰਨਾ ਚਾਹੁੰਦੀ ਹਾਂ, ਇਹ ਜਿਹੜੀ ਮੈਂ ਗੱਲ ਕਹਿ ਰਹੀ ਹਾਂ ਸਿਰਫ ਆਪਣੇ ਜਿਹੜੇ ਆਵਾਰਾ ਪਸ਼ੂ ਨੇ, ਡੰਗਰ ਨੇ ਜਾਂ ਉਹ ਨੇ, ਪਲੀਜ਼ ਵੱਧ ਤੋਂ ਵੱਧ ਜੇ ਆਪਾਂ 2 ਰੋਟੀ ਖਾਂਦੇ ਤਾਂ ਕਮ ਸੇ ਕਮ ਇਹਨਾਂ ਨੂੰ ਅੱਧੀ ਰੋਟੀ ਪਾਓ ਤਾਂ ਜੋ ਇਹ ਵੀ ਨਾ ਭੁੱਖੇ ਮਰਨ ਅਤੇ ਕੋਈ ਬਿਮਾਰੀ ਵੀ ਨਾ ਫੈਲੇ। ਅਤੇ
ਸਰਕਾਰਾਂ ਦੀ ਜਿਹੜੀ ਹੈਗੀ ਹੈ ਉਹਨਾਂ ਤੋਂ ਗੱਲਾਂ ਛੱਡੋ, ਤੁਸੀਂ ਜਿਹੜੇ ਆਪਾਂ ਆਪਣੇ ਮੁਹੱਲੇ ਦੇ ਵਿੱਚ ਲਗਾ ਲਓ ਜਾਂ ਆਪਣੇ ਏਰੀਏ ਦੇ ਨੇੜੇ ਤੇੜੇ, ਜਾਂ ਕੋਈ ਵੀ ਵਿਅਕਤੀ ਜਿਹੜਾ ਹੈਗਾ ਆਪਣਾ ਭੁੱਖਾ ਹੈਗਾ ਜਾਂ ਪੈਸਾ ਹੈਗਾ ਜੋ ਵੀ ਆ, ਉਹਨੂੰ ਜਿਸ ਚੀਜ਼ ਦੀ ਨੀਡ ਹੈ ਉਹ ਸਾਰੇ ਆਪਾਂ ਦੇ ਵਿੱਚ, ਚਾਹੇ ਪੈਸੇ ਦੀ ਕਲੈਕਸ਼ਨ ਕਰੋ ਚਾਹੇ ਜਿੱਦਾਂ ਮਰਜ਼ੀ ਕਰੋ, ਉਹਨਾਂ ਗਰੀਬਾਂ ਤੱਕ ਹੈਲਪ ਪਹੁੰਚਾਓ। ਕਿਉਂਕਿ ਜਿਹੜੀ ਜ਼ਰੂਰਤਮੰਦ ਲੋਕ ਨੇ ਉਹਨਾਂ ਤੱਕ ਹਜੇ ਤੱਕ ਕੁਛ ਵੀ ਨਹੀਂ ਪਹੁੰਚਿਆ ਹੈਗਾ। ਜਿਹੜੇ ਆਮ ਨੇ ਜਿਨ੍ਹਾਂ ਕੋਲ ਸਭ ਕੁਛ ਆ ਉਹਨਾਂ ਦੇ ਹੀ ਘਰ ਭਰੇ ਜਾ ਰਹੇ ਨੇ, ਅਤੇ ਪਲੀਜ਼ ਇਹਨਾਂ ਵੱਲ ਵੀ ਪੂਰਾ ਪੂਰਾ ਧਿਆਨ ਦਿਓ।